ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਹਿੰਦੀ ਵੀਡੀਓ ਦੀ ਸਾਰੀ ਆਡੀਅנס ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਟਰਬੋ ਪਲਾਈ ਜਿਹੜੀ ਸੋਨਾਂ ਦੀ ਕਟਰੈਕਟਰ ਤੇ ਕੀ ਪਰਫਾਰਮੈਂਸ ਆਈਏ ਤੇ ਸਾਰੀ ਇਹਦੀ ਡਿਟੇਲ ਦੱਸਾਂਗੇ ਕਿੰਨੇ ਫਾਇਦੇ ਆ ਕਿੰਨੇ ਨੁਕਸਾਨ ਨੁਕਸਾਨ ਤੇ ਵੀਡੀਓ ਤੇ ਲਾਸਟ ਤੱਕ ਬਣੇ ਰਿਹਾ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੇ ਪਹਿਲੀ ਗੱਲ ਆਪਾਂ ਪਹਿਲਾਂ ਵੀ ਦੋ ਟਰਬੋ ਲਾਈਆਂ ਸੀ ਉਹਨਾਂ ਦੀ ਵੀ ਵੀਡੀਓ ਹੈ ਇੱਕ ਵੀਡੀਓ ਨਹੀਂ ਪਬਲਿਸ਼ ਹੋਈ ਉਹ ਵੀ ਪਬਲਿਸ਼ ਕਰਾਂਗੇ ਉਹ ਪਾਣੀ ਵਾਲੀ ਟਰਬੋ ਸੀ ਤੇ K14 ਲਾਈ ਸੀ ਉਹਦੀ ਪਹਿਲਾਂ ਤੁਹਾਨੂੰ ਦੱਸਤਾ ਸੀ ਸਾਰੀ ਡਿਟੇਲ ਉਸ ਦੀ ਵੀਡੀਓ ਪਈ ਜਾ ਕੇ ਚੈੱਕ ਕਰ ਸਕਦੇ ਜੀ ਤੇ ਇਹ ਹੈਗੀ ਆ ਹੋਲ ਸੈੱਟ ਦੀ ਹੈਗੀ ਆ ਨੰਬਰ ਇਹਦਾ ਤੁਹਾਨੂੰ ਦੱਸ ਦਿੰਨੇ ਆ ਮਾਡਲ ਦੱਸ ਦਿੰਨੇ ਜਿਹੜੀ HEW 200 ਦੇ ਨਾਮ ਤੇ ਆਉਂਦੀ ਏ ਇਹ ਉਹ ਹੈ 25 ਨੰਬਰ ਤੋਂ ਵੱਡੀ ਟਰਬੋ ਹੈ 25 ਨੰਬਰ ਤੋਂ ਵੱਡੀ ਟਰਬੋ ਹੈ ਜੋ ਕਿ ਬਹੁਤ ਬੂਸਟ ਦਿੰਦੀ ਹੈ 25 ਨੰਬਰ ਛੋਟੀ ਐ ਦੂ ਤੇ K14 ਵੀ ਥੱਲੇ ਆ ਗਈ ਤੇ ਇਸ ਤੋਂ ਪਹਿਲਾਂ ਇੱਕ ਆਪਾਂ ਪਾਣੀ ਵਾਲੀ ਲਾਈ ਸੀ ਉਹਦਾ ਕੋਈ ਨੰਬਰ ਨਹੀਂ ਸੀ ਪਰ ਉਹਦਾ ਬੂਸਟ ਵੀ ਠੀਕ ਸੀ ਪਰ ਇਹਦਾ ਬਹੁਤ ਜ਼ਿਆਦਾ ਬੂਸਟ ਹੈ ਤੇ ਇਹ ਇਹਦੀ ਤੇਲ ਦੀ ਇਨਪੁੱਟ ਆ ਗਈ ਠੀਕ ਹੈ ਆ ਥੱਲੋ ਲਿਆਂਦੀ ਇਨਪੁੱਟ ਉਹੀ ਇਨਪੁੱਟ ਨੂੰ بس ਸੈੱਟ ਕਰਕੇ ਲਾਤਾ ਉੱਥੇ ਤੇ ਜਿਹੜੀ ਕੰਪਨੀ ਫਿਟਡ ਆਪਾਂ ਕਰੀਏ 쇼 ਦੇ ਵਿੱਚ ਲੱਗਦੀ ਗਈ ਤੁਸੀਂ ਦੇਖ ਸਕਦੇ ਜੀ 쇼 ਦੇ ਵਿੱਚ ਲੱਗੇਗੀ ਇਹ 터ਬੋ ਤੇ ਦੂਜੀ ਗੱਲ ਹੈ ਸਲੈਂਸਰ ਦੀ ਫੀਟਿੰਗ ਬਾਹਰ ਕੱਢਦੀ ਸ਼ੋ ਤੋਂ ਪਹਿਲਾਂ ਅੰਦਰ ਸੀ ਸ਼ੋ ਚ ਬਾਹਰ ਕੱਢਦੀ ਆਸ ਦਾ ਆਪਾਂ ਜਿਹੜੇ ਲਾਲ ਹੌਸਪੈਪ ਲਾ ਦਿੰਦੇ ਨੇ ਜਿਵੇਂ ਕਿ ਜੱਗਾ ਟਰੈਕਟਰ ਬੌਸ ਲਾਉਂਦਾ ਜਾਂ ਹਾਈ ਐਂਡ ਵਾਲੇ ਲਾਉਂਦੇ ਨੇ ਕੋਈ ਜ਼ਿਆਦਾ ਫਰਕ ਨਹੀਂ ਆ ਸਿਰਫ ਹੁੰਦੀਆਂ ਪਲਾਈਆਂ ਥੋੜੀਆਂ ਜ਼ਿਆਦਾ ਹੁੰਦੀਆਂ ਵੀ ਪਾੜਨ ਦੇ ਘੱਟ ਚਾਂਸ ਹੁੰਦੇ ਨੇ ਪਹਿਲੀ ਗੱਲ ਕੋਈ ਇਹੋ ਜੀ ਟਰਬੋ ਨਹੀਂ ਬਣੀ ਵੀ ਜਿਹੜੀ ਹੌਸਪੈਪ ਵੀ ਪਾੜ ਦੇ ਪਾੜਦੀ ਨਹੀਂ ਹਮੇਸ਼ਾ ਕਲੰਪ ਟੁੱਟਣਗੇ ਉਸ ਦਿਨ ਆਪਣਾ ਵੀ ਰੁੱਟਾ ਕਲੰਪਿਕ ਕਲੰਪ ਟੁੱਟ ਜਾਂਦੇ ਨੇ ਹੋਸਪੈਪ ਨਹੀਂ ਪਾੜਦਾ ਕਦੇ ਵੀ ਆਹ ਤਾਂ ਫਿਰ ਵੀ ਠੀਕ ਆ ਹੋਸਪੈਪ ਇਹਦੋਂ ਨਰਮ ਲੱਗਾ ਉਸ ਸਾਈਡ ਉਹ ਸਾਈਡ ਵਿਖਾਉਣੇ ਤੁਹਾਨੂੰ ਨਰਮ ਲੱਗਾ ਜਿਹੜਾ ਤੇ ਆਊਟਲੈਟ ਚਾਹ ਸਾਰਾ ਨਰਮ ਲੱਗਾ ਆ ਬਹੁਤ ਜਿਆਦਾ ਨਰਮਾ ਵੇਖਦੇ ਆ ਇਹ ਨਹੀਂ ਪਾਟਿਆ ਤੇ ਉਦੋਂ ਦਾ ਹੋਰ ਤਾਂ ਕੋਈ ਪਾੜ ਨਹੀਂ ਸਕਦਾ ਤੇ ਇਹ ਇਸ ਦੀ ਆਊਟਲੈਟ ਆ ਗਈ ਹਵਾ ਵਾਲੀ ਆਊਟਲੈਟ ਆ ਹਵਾ ਦੀ ਇਨਲੈਟ ਆ ਗਈ ਠੀਕ ਆ ਇਨਲੈਟ ਦੀ ਸਪਲਾਈ ਤੁਸੀਂ ਦੇਖ ਲਓ ਵੀ ਆਇਆ ਦਰਲੇ ਆ ਕੇ ਆਂਦੇ ਨਾਲ ਪਹਿਲਾਂ ਅਟੈਚ ਕੀਤੀ ਆਪਣੇ ਓਇਲ ਵਾਲੇ ਨਾਲ ਫਿਰ ਸੁੱਕੇ ਨਾਲ ਸੁੱਕਾ ਤਾਂ ਲਾਇਆ ਵੀ ਆਪਣਾ ਟਰੈਕਟਰ ਚੱਲਦਾ ਟੂੜੀ ਵਾਲੀ ਮਸ਼ੀਨ ਤੇ ਕਈ ਵੀਰਾਂ ਦਾ ਅੱਗੇ ਪਿਛਲੇ ਵੀਡੀਓ 'ਚ ਕਮੈਂਟ ਸੀ ਕਹਿੰਦਾ ਆਹਤਾ ਲਾ ਦੇ ਕਹਿੰਦਾ ਕਮੈਂਟ ਮਾਰੇ ਕਹਿੰਦਾ ਆਹਤਾ ਲਾ ਦੇ ਕਹਿੰਦਾ ਥੱਲੇ ਤੇ ਇਹ ਤਾਂ ਨਹੀਂ ਲਾਉਂਦੇ ਕਹਿੰਦਾ ਵੀ ਐਵੇਂ ਹੀ ਲੱਗੇ ਰਹਿੰਦ ਨੇ ਸਿਸਟਮ ਸਿਰਫ ਕੱਲਾ ਵਿੱਚੋਂ ਫਿਲਟਰ ਕੱਢ ਦੀਦਾ ਜਦੋਂ ਆਪਣਾ ਸੀਜ਼ਨ ਮੁੱਕ ਜੀ ਕੱਲਾ ਫਿਲਟਰ ਕੱਢ ਕੇ ਉਵੇਂ ਹੀ ਲਈ ਫੇਰੀਦਾ ਤੇ ਡਬਲ ਪੱਤੀ ਲੱਗੀ ਰਹਿੰਦੇ ਨੇ ਐਵੇਂ ਲਾ ਕੇ ਖਲਾਰਾ ਹੀ ਪੋਣ ਇਸ ਦੀ ਆਊਟਲੈਟਰ ਇਨਲਟ ਆਹ ਗੀ ਸੌਰੀ ਤੇ ਆਹ ਆਊਟਲੈਟ ਦੇਤੀ ਟਰਬੋ ਦੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਟਰਬੋ ਦੀ ਫੀਟਿੰਗ ਕਰੀ ਆਪਾਂ ਜੋ ਕਿ ਆਰਐਕਸ ਨੂੰ 90 ਨੂੰ ਪੱਠੀ ਆਉਂਦੀ ਹੈ ਨਾ ਉਹਦੇ ਤੇ ਕਰੀ ਨਾ ਗੀ origignal ਤੇ ਕਰੀ origignal ਤੇ ਵੀ ਕਰ ਦਿੰਦੇ ਪਰ ਸਾਨੂੰ ਲੱਗਾ ਵੀ ਇਹਦੇ ਤੇ ਕੰਪਨੀ ਫੀਟਡ ਹੀ ਕਰਨੀ ਸੀ ਜਿਹਦੇ ਤੇ ਮਰਜ਼ੀ ਕਰ ਲਓ ਵੀ ਅੰਦਰ ਸ਼ੋ ਦੇ ਆਉਂਦੀ ਹੈ ਸ਼ੋ ਦੇ ਅੰਦਰ ਕਰਤੀ ਆਪਾਂ ਉਸ ਤੋਂ ਬਾਅਦ ਆ ਆਪਾਂ ਦਾ ਲਾਤਾ ਬੂਸਟ ਘਟਾਉਣ ਤੇ ਵਧਾਉਣ ਵਾਸਤੇ ਜੇ ਆਪਾਂ ਨੂੰ ਫੁੱਲ ਚਾਹੀਦਾ ਤਾਂ ਫੁੱਲ ਲਾ ਦੋ ਇਹਨੂੰ ਸਿਰੇ ਠੀਕ ਹੈ ਜੇ ਘੱਟ ਚਾਹੀਦਾ ਇਹਨੂੰ ਹੌਲੀ ਹੌਲੀ ਚੂੜੀ ਇੱਕ ਕਟਾ ਦਿਓ ਤੇ ਆਹ ਵਾਲ ਖੁੱਲਣਾ ਸ਼ੁਰੂ ਹੋ ਜਾਏਗਾ ਐਗਜੋਸਟ ਇਧਰੋਂ ਦੀ ਨਿਕਲਣੀ ਸ਼ੁਰੂ ਹੋ ਜਾਏਗੀ ਤੇ ਇਹਦੇ ਵਿੱਚ ਇੱਕ ਹੋਰ ਫਰਕ ਹੈ ਜੋ ਅਸੀਂ ਆਪਾਂ ਡਰਬੋ ਲਈ ਹੈ ਇਹਦੇ ਵਿੱਚ ਪਹਿਲਾਂ ਡ੍ਰੋਪੇ ਸੀ ਟਰੈਕਟਰ ਦੀ ਮੰਨ ਕੇ ਚਲੋ 200 ਚੱਕਰ ਡ੍ਰੋਪ ਕਰਦਾ ਸੀ ਪਹਿਲਾਂ ਹਾਲਾਂਕਿ ਜਾਂ ਕੋਈ ਵੀ ਚੀਜ਼ ਤੇ 200 ਦੀ ਡ੍ਰੋਪ ਪੇਚ ਰਹਿੰਦੀ ਰਹਿੰਦੀ ਸੀ ਮਿਨੀਮਮ ਹੁਣ ਮਿਨੀਮਮ ਕਟੋ ਘਟ 50 ਚੱਕਰ ਤੋੜਦਾ ਬਸ ਜਿਆਦੇ ਤੋਂ ਜਿਆਦੇ 50 ਚੱਕਰ ਇਹ ਦੂਤੇ ਚੱਕਰ ਨਹੀਂ ਤੋੜਦਾ ਤੇ ਹੁਣ ਤੁਸੀਂ ਸਪਲਾਈਆਂ ਵੇਖ ਲਓ ਆ ਆਊਟਲੈਟ ਆ ਗਈ ਤੇ ਇਧਰ ਆਪਾਂ ਇਹਨੂੰ ਸਪੋਰਟ ਦਿੱਤੀ ਹੈ ਪੂਰੀ ਵਧੀਆ ਜਿਵੇਂ ਕੰਪਨੀ ਫੀਟਡ ਆਉਂਦਾ ਉਸ ਹੱਬ ਤੇ ਆਪਾਂ ਦਿੱਤੀ ਪੂਰੀ A to Z ਤੇ ਕਦਮ ਸਿਰਫ ਕਿ ਲਾਲ ਹੌਸਪੈਟ ਨਹੀਂ ਲੱਗੇ ਨਾ ਹੀ ਉਹ ਆਪਾਂ ਲਾਈਏ ਕਿਉਂਕਿ ਉਹਨਾਂ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਪੈਸਾ ਲਾਉਣਾ ਜਿੰਨਾ ਮਰਜ਼ੀ ਲਾਓ ਇਹ ਨੰਬਰ ਦੀ ਲਾ ਸਕਦੇ ਤੁਸੀਂ ਆਪਾਂ ਹੋਲੈਂਡ ਵਾਲਾ ਇਹਨੂੰ ਸਾਇਲੈਂసర్ ਲਾਤਾ ਠੀਕ ਹੈ origignal ਚ ਬਾਲਾ ਸਾਇਲੈਂਟ ਹੁੰਦਾ ਸੀ ਹੋਲੈਂਡ ਵਾਲੇ ਚ ਥੋੜੀ ਸੀਟੀ ਵੀ ਹੈ ਬਾਕੀ ਤੁਹਾਨੂੰ ਸੀਟੀ ਵੀ ਚੈੱਕ ਕਰਾ ਦਿੰਨੇ ਆ ਸਾਊਂਡ ਵੀ ਕਿਹੋ ਜਿਹਾ ਆਪਣਾ ਟਰੈਕਟਰ ਦਾ ਆਹੀ ਗੱਲਾਂ ਹੁੰਦੀਆਂ ਨੇ ਘਰੇ ਵੀ ਤੁਸੀਂ ਲਾ ਸਕਦੇ ਜੀ ਤੇ ਇਹਨੂੰ ਤੁਸੀਂ ਕਈਆਂ ਨੇ ਵੀਰਾਂ ਨੇ ਮੈਨੂੰ ਕਮੈਂਟ ਕਰਿਆ ਅੱਗੇ ਵੀ ਕਿੰਨੇ ਨੰਬਰ ਲਾਈਏ ਅਸੀਂ ਸਿਰਫ ਇੱਕ ਸੋਨਾ ਲਿਖਾ ਤੇ ਆਪਦੇ ਆਪ ਦੇ ਟਰੈਕਟਰ ਤੇ ਲਾਈਏ ਘਰੇ ਤੇ ਸਾਨੂੰ ਦੋ ਪਹਿਲਾਂ ਬਦਲੀਆਂ ਸੀ K14 ਲਾਈ ਉਹਦਾ ਠੀਕ ਸੀ ਬੂਸਟ ਉਸ ਤੋਂ ਬਾਅਦ ਵਾਲੀ ਦਾ ਵੀ ਜਿਹੜਾ ਪਾਣੀ ਵਾਲੀ ਸੀ ਉਹਦੀ ਕੀ ਸੀ ਮਣਿਆਦ ਬਹੁਤ ਜ਼ਿਆਦਾ ਸੀ ਵੀ ਕਦੇ ਉਹ ਲੰਮੇ ਸਮੇਂ ਤੱਕ ਚੱਲਣ ਵਾਲੀ ਚੀਜ਼ ਸੀ ਉਹ ਪਰ ਉਹਦਾ ਬੂਸਟ ਘੱਟ ਸੀ ਸਾਨੂੰ ਲੱਗਾ ਇਸ ਲਈ ਅਸੀਂ ਫਿਰ ਲਿਆਂਦੀ ਆਹ ਜਿਹੜੀ HCW 200 ਵਾਲੀ ਆ ਆ ਲਿਖਿਆ ਇਸ ਦਾ ਜੇ ਤੁਹਾਨੂੰ ਦੇਖ ਜੇ ਤੇ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਦਿੰਨੇ ਆ ਆ ਦੇਖ ਸਕਦੇ ਤੁਸੀਂ HCW 200 WG ਤੇ ਇਹ ਮਾਡਲ ਦੀ ਹੁੰਦੀ ਆ ਇਹ ਵੱਧ ਬੂਸਟ ਵਾਲੀ 25 ਨੰਬਰ ਤੋਂ ਵੱਡੀ ਤੇ ਜਿਹੜੀ 65 ਨੰਬਰ ਹੁੰਦੀ ਆ ਆਪਣੀ ਕਾਰਟ ਨੰਬਰ ਹਾਈ ਹਾਈ ਆਰਪੀਐਮ ਤੇ ਵਰਕ ਕਰਨ ਵਾਲੀ ਆ ਕਿਉਂਕਿ ਉਹਦੀ ਆ ਚੀਜ਼ ਤੁਸੀਂ ਦੇਖ ਲਿਆ ਜੀ ਬਹੁਤ ਵੱਡੀ ਹੋਏਗੀ ਜਿੰਨੀ ਜਿਆਦਾ ਐਗਜੌਸਟ ਹੋਏਗੀ ਓਨੀ ਜਿਆਦਾ ਇਹਦੀ ਕੀ ਕਹਿੰਦੇ ਨੇ ਪਾਵਰ ਵੱਧਦੀ ਆ ਜਾਣ ਲਾ ਲੋ ਵੀ ਹਵਾਏ ਨੇ ਇਨਕਰੀਜ਼ ਕਰਨੀ ਐ ਇਨਲੇਟ ਮੈਨੀਫੋਲਡ ਦੇ ਉੱਤੇ ਤੇ ਆ ਜਿੰਨੀ ਚੀਜ਼ ਛੋਟੀ ਹੋਈ ਜਾਏਗੀ ਓਨੀ ਹਵਾ ਇਥੋਂ ਔਕੀ ਨਹੀਂ ਗਲੇਗੀ ਤੇ ਪੱਖੀ ਜਿਆਦਾ ਜੀੜੇਗੀ ਸਿੱਧਾ ਇਹ ਮਤਲਬ ਹੈ ਵੀ ਸਿੱਧੇ ਸ਼ਬਦਾਂ ਜੇ ਕਹਾਂ ਜਾਵੇ ਤੇ ਜਿੰਨੀ ਆਹ ਚੀਜ਼ ਛੋਟੀ ਹੋਏਗੀ ਭੱਠੀ ਦੀ ਉਨੀ ਬੂਸਟ ਵਧੋਏਗਾ ਟਰਬੋ ਦਾ ਜਿੰਨੀ ਆ ਵੱਡੀ ਹੋਈ ਜਾਏਗੀ ਇਧਰੋਂ ਬੂਸਟ ਵਧਿਆ ਤੇ ਵਿੱਚ ਤੁਹਾਨੂੰ ਵਿਖਾਇਆ ਜੀ ਵੀ ਅੱਗੇ ਵੀ ਨਹੀਂ ਆਪਣਾ ਕਰੇ ਤੇਲ ਤਾਂ ਮਾਰਿਆ ਹੀ ਨਹੀਂਗਾ ਅੱਗੇ ਵਾਲ ਟਰਬੋ ਨੇ ਨਹੀਂ ਮਾਰਿਆ ਹੁਣ ਵਾਲੇ ਵੀ ਨਹੀਂ ਮਾਰਦੇ ਤੇ ਆ ਤੁਸੀਂ ਸਪਲਾਈਆਂ ਵੇਖ ਲੀਆਂ ਤੇ ਇਧਰ ਵੀ ਤੁਸੀਂ ਦੇਖ ਲਿਆ ਲੱਗਾ ਰੈਡੀਟਰ ਵਗੈਰਾ ਸਾਰਾ ਕੁਝ ਓਕੇ ਕੰਡੀਸ਼ਨ ਚ ਕਰੀਏ ਦੇਖ ਸਕਦੇ ਤੁਸੀਂ ਕੋਈ ਗਲਤੀ ਨਹੀਂ ਗਈ ਅੱਗੇ ਕਹਿੰਦੇ ਸੀ ਵੀ ਇੱਧਰੋਂ ਲੱਗੀ ਉਧਰੋਂ ਲੱਗੀ ਹੁਣ ਆਪਾਂ ਇੱਕਦਮ ਸਹੀ ਮੌਕੇ ਵਾਲੀ ਕਰੀਏ ਵੀ ਆਹ ਕੰਪਨੀ ਫੀਟਡ ਹੋ ਗਈ ਹੁਣ ਸ਼ੋਅ ਦੇ ਅੰਦਰ ਲੱਗਦੀ ਸ਼ੋਅ ਅਸੀਂ ਤਾਂ ਨਹੀਂ ਲਾਉਂਦੇ ਵੀ ਅਸੀਂ ਮਸ਼ੀਨ ਤੇ ਚਲਾਉਣਾ ਟਰੈਕਟਰ ਅਸੀਂ ਲਾਉਂਦੇ ਹੀ ਨਹੀਂ ਦੇਖ ਸਕਦੇ ਤੁਸੀਂ ਫੁੱਲ ਬੂਸਟ ਹੈ ਉਹਦੀ ਵੀਡੀਓ ਪਬਲਿਸ਼ ਕਰਤੀ ਜਿਹੜੀ ਬੂਸਟ ਦੀ ਆਪਾਂ ਚੈਕਿੰਗ ਕਰੀਏ ਫੁੱਲ ਫਿਰ ਕਿਤੇ ਕਰਾ ਦਾਂਗੇ ਚੈੱਕ ਕੋਈ ਇੱਕ ਅੰਦੀ ਵੀਡੀਓ ਹੋਰ ਪਾ ਦਾਂਗੇ ਜਿੰਦੇ ਤੇ ਬੂਸਟ ਪੂਰਾ ਚੈੱਕ ਹੁੰਦਾ ਹੋਵੇ ਤੇ ਇੰਦੇ ਫਾਇਦੇ ਫਾਇਦੇ ਇਹ ਨੇ ਡ੍ਰੋਪੇਜ ਘਟ ਜਾਂਦੀ ਹੈ ਸਭ ਨਾਲ ਵੱਡੀ ਗੱਲ ਜੋ ਡਰੈਕਟਰ ਡ੍ਰੋਪੇਜ ਦੇ ਰਿਹਾ ਤੁਹਾਨੂੰ ਉਹ ਘਟ ਜਾਏਗੀ ਤੇ ਜਿਹੜਾ ਤੇਲ ਆ ਉਹ ਘਟੇਗਾ ਘਟੇਗਾ ਤਾਂ ਜੇ ਤੁਸੀਂ ਵਧਾਉਂਦੇ ਨਹੀਂ ਜੇ ਤੁਸੀਂ ਤੇਲ ਖੋਲੋਗੇ ਤਾਂ ਵਧੇਗਾ ਹੀ ਵਧੇਗਾ ਫਿਰ ਤਾਂ ਉਹ ਵਧਣਾ ਹੀ ਵਧਣਾ ਜਦੋਂ ਤੁਸੀਂ ਉਥੋਂ ਚੂੜੀਆਂ ਖੋਲੋਗੇ ਤਾਂ ਤੁਸੀਂ ਆਖੋਗੇ ਬੂਸਟ ਜ਼ਿਆਦਾ ਲੈਣਾ ਤਾਂ ਚੂੜੀਆਂ ਖੋਲਣੀਆਂ ਪੈਂਦੀਆਂ ਨੇ ਤੇ ਜੋ ਕੰਪਨੀ ਫਿਟਡ ਆ ਉਥੇ ਘਟਾ ਜਾਏਗੀ ਕਿਉਂਕਿ ਉਹ ਜਮਾ ਮਚਣਾ ਸ਼ੁਰੂ ਹੋ ਜਾਂਦਾ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ ਤਾਂ ਪੂਰਾ ਮਚਾ ਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਆਪਦੇ ਯਾਰ ਮਿੱਤਰ ਸਾਰੇ ਭਰਾਵਾਂ ਕੋਲੇ ਤੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਲਈ ਤੇ ਇਸ ਤੋਂ ਬਾਅਦ ਆਪਣੀਆਂ ਹੋਰ ਵੀਡੀਓ ਵੀ ਆਉਣੀਆਂ ਪਾਵਰ ਸਟੀering ਤੇ ਸਾਰੀਆਂ ਆਉਣੀਆਂ ਵਾਰੀ-ਵਾਰੀ ਤਾਂ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਜੇ ਕੋਈ ਜਾਣਕਾਰੀ ਕੋਈ ਐਵੇਂ ਲੱਗਾ ਵੀ ਹਾਂ ਕੋਈ ਗਲਤੀ ਹੋ ਗਈ ਤਾਂ ਬਾਲੇ ਉਹ ਨਾ ਕਰਿਆ ਕਰੋ ਵਿਚੱਕ ਲਿਆ ਕਰੋ ਹਉਆ ਬਣਾ ਦਿੰਦੇ ਜੀ ਕਮੈਂਟ ਚ ਕਹਿੰਦੇ ਨੇ ਕਿ ਜਿਵੇਂ ਕਿ ਪਹਿਲਾਂ ਆਪਾਂ ਮੰਡੀ ਦੀ ਵੀਡੀਓ ਪਾਈ ਸੀ ਤਾਂ ਇੱਕ ਅੱਧਾ ਕੋਈ ਮਤਲਬ ਰੇਟ ਗਲਤ ਵੀ ਹੋ ਜਾਂਦਾ ਤਾਂ ਕੋਈ ਐਡਿਓ ਨਹੀਂ ਹੈ ਰਿਸ਼ਿਊ ਵਾਲੀ ਗੱਲ ਬਾਲਾ ਹੂਆ ਚੁੱਕ ਲੈਂਦੇ ਨੇ ਵੀ ਨਾ ਨਾ ਬਾਲਾ ਹੀ ਕੋ ਕਰ ਦਿੰਦੇ ਨੇ ਕਮੈਂਟਾਂ ਚ ਵੀ ਤੂੰ ਗਲਤ ਬੋਲ ਗਿਆ ਤੂੰ ਗਲਤ ਬੋਲ ਗਿਆ ਆਪਾਂ ਕਿਹੜਾ ਪ੍ਰੋਫੈਸ਼ਨਲ ਆ ਬਸ ਇਥੋਂ ਜਾਈਦਾ ਵੀਡੀਓ ਬਣਾਈਦੀ ਏ ਇੰਨਾ ਕਾ ਵੀਡੀਓ ਚ ਚਲੋ ਜਿੰਨੇ ਵੀ ਆਉਂਦੇ ਵਧੀਆ ਨੇ ਬਾਕੀ ਧੰਨਵਾਦ ਬਸ ਇਥੇ ਵੀਡੀਓ ਖਤਮ ਕਰਦੇ ਆਂ ਚਾ ਹੁਣ ਤੁਹਾਨੂੰ ਆਪਾਂ ਟਰਬੋ ਦਾ ਸਾਊਂਡ ਸੁਣਾਉਣੀ ਆ ਵੀ ਕਿੰਨੀ ਕੁ ਆਵਾਜ਼ ਹੈ ਕਿਹੋ ਜੀ ਆਵਾਜ਼ ਹੈ ਸਾਊਂਡ ਸੁਣ ਤਾਂ ਜੀ ਨਿਊ ਹੋਲ ਸਿਲੈਂਸਰ ਚ ਹੈ ओरिजिनल ਤਾਂ ਇਹਦਾ ਬਹੁਤ ਸਾਇਲੈਂਟ ਕਰ ਦਿੰਦਾ ਹੈ ਇਹ ਤੇ ਆ ਹੁਣ ਤੁਹਾਨੂੰ ਸਟਾਰਟ ਕਰਦੇ ਆ ਆਪਾਂ ਪਹਿਲਾਂ ਸਟਾਰਟ ਤੇ ਵੇਖ ਲਿਆ ਜੀ ਥੋੜਾ ਜਾਂ ਫਰਕ ਲੱਗੇਗਾ ਤੁਹਾਨੂੰ ਦਾ ओरिजिनल ਮੰਨ ਲਓ ਆਪਣਾ ਹੋਲੈਂਡ ਵਾਲਾ ਲੱਗਾ ਇੰਨੀ ਕ ਸੀਟੀ ਮਾਰਦਾ ਜੇ ਆਪਾਂ ਸੀਟੀ ਲਵਾਈਏ ਤੇ ਨੁਕਸਾਨ ਦਾ ਹੈਗਾ ਉਹ ਸੀਟੀ ਜੇ ਕੋਈ ਵੀਰ ਵੇਂਦਾ ਵੀ ਸੀਟੀ ਸੀਟੀ ਨੁਕਸਾਨ ਦਾ ਹੈਗਾ ਕਿਉਂਕਿ ਧੱਕਾ ਮਾਰਦੀ ਟਰਪੂ ਨੂੰ ਉਹ ਨੁਕਸਾਨ ਦਾ ਹੈਗਾ ਇੱਕ ਇੱਥੇ ਵੀਡੀਓ ਖਤਮ ਕਰਦੇ ਅਬੇ मजा ਆਏਗਾ ਨਾ ਭੀੜੋ